खन्ना दे पिंड दहेड़ू दे जगपाल सिंह जोगी अते उसके पुत्र उपर पुलिस हिरासत विच नंगे कर अणमनुखी तशद्द टाउंदे इल्जामां च किरे खन्ना दे SHO बलजिंदर सिंह ने खाकी नूं एक बार फिर शर्मसार कीता है। इस पुलिस अफसर दी कारस्तानी दी गवाही भरदी इक वीडियो सोशल मीडिया ते वायरल है, जिस वीडियो च इल्जामां मुताबक इस पुलिस अफसर ने अपना खौफ विखाउण लई खुद फलमाई, जिस विच इक जमीनी विवाद विच हिरासत च लै पियो पुत नूं नंगा कीता गया, कुटमार कीती गई, ककारां दी बेअदबी दे भी इल्जाम हन। पिंड दहेड़ू दे पीड़ित जगपाल सिंह जोगी अते उसदा पुत्र गुरवीर सिंह समेत एक होर नूं इसने जून 2019 विच एक जमीनी विवाद दे मामले च गिरफ्तार कीता सी। जगपाल सिंह जोगी पिंड दहेड़ू दी साबका सरपंच दा पति है। उसदा कहना है कि मैं पुलिस दे सीनियर अफसरां नूं इसदी शिकायत कीती सी। उसदा कहना है कि उसदा किसी नाल जमीनी विवाद सी, जिस दे सिलसिले विच उक्त पुलिस अफसर ने उसनूं अते उसदे पुत्र नूं गिरफ्तार कीता सी। उसदा इल्जाम है कि SHO बलजिंदर सिंह ने पुलिस कस्टडी विच उसनूं बुरी तरह कुट्टिया, नाल ही नंगियां दी वीडियो भी बनाई। जगपाल सिंह जोगी मुताबक उसने पंजाब दे DGP, पंजाब दे मुख्यमंत्री, राष्ट्रपति अते प्रधानमंत्री तो इंसाफ दी गुहार लाई है, पर हाले तक उसनूं इंसाफ नहीं मिलिया। जगपाल सिंह जोगी मुताबक मेरे ककारां दी बेअदबी कीती गई, नंगे करवा के कुट्टिया गया, बे इंतहा जुल्म ढाया गया, पर पुलिस तो हुण तक इंसाफ नहीं मिलिया। पानी लै जांदा सी कनेरी नूं, उत्थे जिहड़ा नाल झगड़ा सी रूबल होणा साडा दराए तों, ओह आपणा उत्थे आ गया, उत्थे जमीन वाहण लग गई, मेरी फसल बीजी हुई, मक्की बीजी, टांडी बीजी हुई सी मेरी। ਚਲ ਉਹ ਬਾਅਦ ਵੀ ਉਹਨਾਂ ਨੇ ਮੈਂ ਰੁਕਿਆ ਨਾ ਵੀ ਨਾ ਮੈਂ ਬੀਜੀ ਫਸਲਾਂ ਨਾ ਪਾਓ। ਚਲ ਉੱਥੇ ਮੁੰਡੇ ਮੇਰੇ ਨਾਲ ਸੀਗਾ, ਮੈਂ ਜਿਹੜਾ ਕੰਮ ਕਰਦਾ ਹੈ ਇਹਨੇ ਉਹਦੇ ਮੂਵੀ ਬਣਾਉਣ ਲੱਗ ਗਿਆ, ਮੈਂ ਵੀ ਬਣਾ ਲਾ ਮਾੜਾ ਵੀ ਅਫਸਰਾਂ ਨੂੰ, ਜਾਂ ਨੂੰ ਵਿਜਿੰਦਰ ਸਿੰਘ ਜੀ ਆ ਗਏ ਉੱਥੇ, ਤਾਂ ਇਹਨਾਂ ਨੂੰ ਮੈਂ ਕਿਹਾ ਮੈਂ ਮੇਰੀ ਪਨੀਰੀ ਪਾਉਣ ਤੋਂ ਰੁਕੋ ਉਹਨਾਂ ਨੂੰ ਵੀ ਪਨੀਰੀ ਨਾ ਪਾਉਣ, ਇਹ ਵੀ ਬਾਕੀ ਜਿਵੇਂ ਤੁਸੀਂ ਕਰਾਓਗੇ ਅਸੀਂ ਬੈਠ ਕੇ ਕਰ ਲਵਾਂਗੇ ਆਪਦਾ। ਇਹਨਾਂ ਨੇ ਮੇਰੀ ਗੱਲ ਸੁਣੀ ਵੀ ਨਹੀਂ, ਕੋਈ ਆ ਕੇ ਮੇਰੇ ਨਾਲ ਹੱਥੋਂਪਾਈ ਹੋ ਗਏ, ਮੇਰੇ ਬਾਹਰ ਲੱਗ ਗਏ ਅਤੇ ਥੱਪੜ ਮਾਰ ਲੱਗ ਗਏ ਅਤੇ ਡੰਡਾ ਫੜ ਦਿਆ ਇਹਨਾਂ ਹੱਥੋਂਪਾਈ ਹੋ ਗਏ। ਉੱਥੇ ਮੈਨੂੰ ਆਪਦਾ ਬੱਚੇ ਦੇ ਮਾਰੀਆਂ ਨੇ ਡਾਂਗਾ ਡੂੰਗਾ, ਗੱਡੀ 'ਚ ਬਿਠਾ ਲਿਆ, ਥਾਣੇ ਲਿਆ ਗਈ, ਥਾਣੇ ਜਾ ਕੇ ਫੇਰ ਕਰਨਾ ਉੱਥੇ ਉਹਨਾਂ ਨੇ ਮੇਰੇ ਨਾਲ ਬਹੁਤ, ਮੈਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਮੈਂ ਵਾਰ ਵਾਰ ਚਾਹੁੰਦਾ ਨਹੀਂ ਵੀ ਆਪਾਂ ਇਹ ਚੀਜ਼ ਨੂੰ ਮੈਂ ਛੱਡੀਏ, ਆਪਾਂ ਬਹੁਤ ਕਰਨਾ ਇਹਨਾਂ ਦੀ, ਉਹ ਮੇਰੇ ਘਰਾਂ ਦੀ ਬੇਅਦਬੀ ਕਰੀ ਬਹੁਤ ਜ਼ਿਆਦਾ, ਮੇਰੇ ਬੱਚੇ ਦੇ ਇਹਨਾਂ ਨੇ ਵਾਲ ਬਹੁਤ ਬਹੁਤ ਜ਼ਿਆਦਾ, ਇਹਨਾਂ ਨੇ ਬਹੁਤ ਬੱਚੇ ਨੂੰ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਫੇਰ ਵੀ ਚਲੋ ਕੰਪਲੇਂਟ ਮੈਂ ਫੇਰ ਵੀ ਨਹੀਂ ਕਰੀ। ਮੈਂ ਥਾਣੇ ਮੈਂ ਦੱਸ ਚੁੱਕਾ ਸੀ ਵਾਰ ਵਾਰ, ਹੁਣ ਚੰਗਾ ਮੈਂ ਹੁਣ ਤੈਨੂੰ ਕਿੱਦਾਂ ਵਾਰ ਵਾਰ ਦੱਸਾਂ, ਮੈਂ ਥਾਣੇ 'ਚ ਮੇਰੇ ਨਾਲ ਉਹ ਮੈਂ ਦੱਸਣ ਜੋ ਗੱਲੇ ਨਹੀਂ ਕੋਈ ਹੈ, ਜੋ ਮੇਰੇ ਉਹ ਗੱਲ ਪਿੱਛੇ ਜਿਹੜੀ ਨਾ ਕਰੀ ਹੋਵੇ ਇਹਨਾਂ ਨੇ, ਸਾਰੇ ਸਾਡੇ ਕੱਪੜੇ ਲਹਾ ਦੇ ਉਹਨੇ, ਸਾਡੇ ਮੇਰੇ ਕਕਾਰਾਂ ਦੀ ਬੇਅਦ ਵੀ ਕਰੀ ਆਪਾਂ ਬਹੁਤ ਜ਼ਿਆਦਾ, ਉਹ ਦਰਾਹੇ ਦੇ ਨੇ ਜੀ ਰੂਪਿੰਦਰ ਸਿੰਘ ਹੁਣ ਕੋਈ ਪਿੱਟੀ ਗੱਲ ਵੀ ਇਹਨਾਂ ਨਾਲ ਰਿਸ਼ਤੇਦਾਰੀ ਵੀ ਤਾਂ ਹੈ ਕੋਈ ਮਾੜਾ ਮੋਟਾ ਇਹਨਾਂ ਦਾ ਹੈਗਾ ਜੀ, ਮੈਨੂੰ ਪਹਿਲਾਂ ਨੇ ਫੋਨ ਕਰਿਆ ਸੀ ਕਹਿੰਦਾ ਮੇਰੇ ਰਿਸ਼ਤੇਦਾਰ ਨੇ ਰਜਿੰਦਰ ਸਿੰਘ ਨੇ, ਮੈਂ ਵੀ ਕੋਈ ਗੱਲ ਨਹੀਂ ਬੈਠ ਕੇ ਸਾਡਾ ਕਰਾ ਦਿਉ ਰਿਸ਼ਤੇਦਾਰ, ਮੈਂ ਸਾਡਾ ਬਿਠਾ ਕੇ ਮੁਕਾ ਦਿਉ ਉਹਨਾਂ ਨੂੰ, ਅਤੇ ਕਹਿੰਦਾ ਮੈਂ ਕੋਈ ਨਹੀਂ ਕਰਾਂ, ਮੈਂ ਬੁਲਾਇਆ ਵੀ ਸੀ ਕਦੋਂ ਉਦੋਂ, ਫਿਰ ਕਿਸੇ ਗੱਲ 'ਤੇ ਮੈਂ ਤਾਂ ਕਿਸੇ ਗੱਲ ਤੋਂ ਭੱਜਿਆ ਨਹੀਂ ਉਹਨਾਂ ਤੋਂ, ਇਹ ਗੱਲ ਤਾਂ ਹੈ ਨਹੀਂ, ਇੱਦਾਂ ਤਾਂ ਕੋਈ ਮਸਲਾ ਨਹੀਂ ਸੀ ਜਿਹੜਾ ਵੀ ਇੱਥੇ ਸਾਡੇ ਨਾਲ ਜਿਹੜਾ ਉਹਨਾਂ ਨੇ ਕਰਿਆ ਵੀ ਉਹ ਤਾਂ ਕੋਈ ਗੱਲ ਨਹੀਂ ਸੀ, ਅੱਖਾਂ ਮਸਲੇ ਨੇ, ਹਜ਼ਾਰਾਂ ਮਸਲੇ ਨੇ, ਇਹ ਇੱਦਾਂ ਥੋੜ੍ਹੀ ਹੁੰਦਾ ਵੀ ਸੱਦ ਕੇ ਕਿਸੇ ਬੰਦੇ ਨਾਲ ਇੱਦਾਂ ਅਗਲੇ ਦੀ ਕਿਸੇ ਦੀ ਮਤਲਬ ਕਿ ਬੇਪ੍ਰਤੀਤੀ ਕਰੇ ਬੰਦਾ ਬੱਚੇ ਦੇ ਨਾਲ, ਬੰਦਾ 100 ਵਾਰ ਇਨਸਾਨ ਤਾਂ 100 ਵਾਰ ਸੋਚੂਗਾ ਇਹੋ ਜਿਹਾ ਕਰਨ ਤੋਂ ਪਹਿਲਾਂ ਜੋ ਕਰਿਆ। ਕੰਪਲੇਂਟ ਮੈਂ ਕਿਤੇ ਕਰਨੀ ਸੀ, ਮੇਰੇ ਤਾਂ ਪਰਚਾ ਕੱਟ ਕੇ ਜੇਲ੍ਹ ਭੇਜਤਾ ਜੀ ਇਹਨਾਂ ਨੇ, ਮੈਂ ਕਿਹਦੇ ਕੋਲ ਜਾਣਾ ਸੀਗਾ, ਹਾਂ ਅਸੀਂ ਹਜੇ ਵੀ ਨਹੀਂ ਅਸੀਂ ਕੋਈ ਕੰਪਲੇਂਟ ਕੀਤੀ ਸੀਗੀ ਪਹਿਲਾਂ, ਇਹ ਤਾਂ ਜਦੋਂ ਸਾਡੇ ਹੁਣ ਇਹਨਾਂ ਨੇ ਵੀਡੀਓ ਜਿਹੜੀ ਹੈਗੀ ਹੈ ਸਾਡੇ ਮੇਰੇ ਵਕੀਲ ਸਾਹਿਬ ਨੂੰ ਪਾਈ ਆ ਕਿਸੇ ਨੇ, ਉਹਨਾਂ ਨੇ ਮੈਨੂੰ ਸੱਦ ਕੇ ਦਿਖਾਇਆ, ਅਤੇ ਮੈਂ ਕਿਹਾ ਵੀ ਇਹ ਮੈਂ ਤਾਂ ਪਤਾ ਹੀ ਨਹੀਂ ਸੀਗਾ, ਬਣਾਈ ਤਾਂ ਸਾਡੇ ਸਾਹਮਣੇ ਹੀ ਆ ਇਹਨਾਂ ਨੇ, ਮੈਂ ਕਿਹਾ ਚੱਲ ਕਿਤੇ ਸਾਨੂੰ ਉੱਦਾਂ ਡਰਾਉਂਦੇ ਆ ਵੀ ਚੱਲ, ਕਹਿੰਦੇ ਸੀ ਕਹਿੰਦੇ ਪਾਓ ਇਹਨਾਂ ਦੀ ਨੈੱਟ 'ਤੇ ਪਾਓ, ਫਲਾਣਾ ਕਰੋ, ਧੱਕਾ ਕਰੋ, ਉੱਥੇ ਬੋਲਦੇ ਸੀਗੇ ਅਤੇ ਜਦੋਂ ਬਣਾਉਂਦੇ ਸੀਗੇ, ਅਤੇ ਮੈਂ ਕਿਹਾ ਵੀ ਚੱਲ ਕਿਤੇ ਉੱਦਾਂ ਹੀ ਡਰਾਉਂਦੇ ਡਰਾਉਂਦੇ ਆ, ਮੈਨੂੰ ਪਤਾ ਹੀ ਸੀ ਵੀ ਇਹ ਇਹਨਾਂ ਨੇ ਆਪਦਾ ਬਣਾ ਕੇ ਕਿੱਦਾਂ ਵੈਲ ਕਰ ਦੇਣੀ, ਵਕੀਲ ਸਾਹਿਬ ਨੇ ਦਿਖਾਇਆ ਜਦੋਂ ਮੈਂ ਵੀ, ਹਾਂ ਫਿਰ ਦੇਖੋ ਜੇ ਤਾਂ ਹੁਣ ਅਸੀਂ ਪ੍ਰਸ਼ਾਸਨ ਕੋਲ ਅਸੀਂ ਜਾਈਏ ਕਿੱਥੇ ਜਾਈਏ ਤਾਂ ਜਾਈਏ ਕਿੱਥੇ, ਸਾਨੂੰ ਪਤਾ ਲੱਗੇ ਵੀ ਅਸੀਂ ਕਿਹਦੇ ਕੋਲ ਜਾਈਏ। ਮੈਂ ਤਾਂ ਹੁਣ ਜੀ ਮੈਂ ਜਦੋਂ ਇਹ ਵਕੀਲ ਸਾਹਿਬ ਨੂੰ ਕਰਿਆ, ਮੈਂ ਉਹਨਾਂ ਕਰਕੇ IG ਸਾਹਿਬ ਦੇ ਪੇਸ਼ ਹੋਇਆ ਜੀ, ਅਤੇ ਮੈਂ ਬੇਨਤੀ ਕਰਦਾ ਸਰਕਾਰ ਨੂੰ, ਸਾਡੇ CM ਸਾਹਿਬ ਨੂੰ ਵੀ ਸਾਰੇ, ਮੈਂ ਤਾਂ ਇਹ ਕਹਿੰਦਾ ਵੀ ਸੱਭੇ ਨਾਲ ਇਨਸਾਫ ਹੋਣਾ ਚਾਹੀਦਾ। ਦੇਖੋ ਦੁਨੀਆਂ 'ਤੇ ਜੇ ਇੱਦਾਂ ਤੁਸੀਂ ਇੱਦਾਂ ਹੋਣ ਲੱਗ ਗਿਆ ਗੁਰਸਿੱਖ ਬੰਦੇ ਨਾਲ, ਮੈਂ ਚਾਹੁੰਦਾ ਨਹੀਂ, ਮੈਂ ਵਾਰ ਵਾਰ ਮੈਂ ਇਹ ਚੀਜ਼ ਨੂੰ ਮੂਹਰੇ ਨਹੀਂ ਰੱਖਣਾ ਚਾਹੁੰਦਾ ਹੈਗਾ, ਪਰ ਵੀ ਆਪਦੇ ਆਪ ਕੋਈ ਬੰਦਾ ਹਿਸਾਬ ਲਾ ਸਕਦਾ ਵੀ ਇਹ ਇੱਦਾਂ ਦਾ ਤਾਂ ਕੋਈ ਮਸਲਾ ਹੈ ਨਹੀਂ ਇਹ, ਜਿਹੜਾ ਇਹਨਾਂ ਨੇ ਮੇਰੇ ਕਕਾਰਾਂ ਤੱਕ ਜਾਣ ਦੀ ਕੀ ਜ਼ਰੂਰਤ ਸੀ। ਦੇਖੋ ਗੁਰਸਿੱਖ ਆਪ ਵੀ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਉਹ ਬੰਦਾ, ਇਹ ਸਾਨੂੰ ਪਤਾ ਵੀ ਅਸੀਂ ਉੱਦਣ ਦੇ ਕਿੱਦਾਂ ਤੁਰੇ ਫਿਰਦੇ ਹਾਂ ਜਿਹੜੀ ਸਾਡੇ ਨਾਲ ਹੋਈ ਆ, ਇਹ ਸਾਨੂੰ ਸਾਡਾ ਅੰਦਰ ਪੁੱਛ ਕੇ ਦੇਖਿਆ ਵੀ ਅਸੀਂ ਕਿੱਦਾਂ ਤੁਰੇ ਫਿਰਦੇ ਹਾਂ ਉੱਦਾਂ ਦੇ,
ਸਾਡੇ ਨਾਲ ਹੋਈ ਆ। ਮੇਰਾ ਬੇਟਾ ਸੀਗਾ ਜੀ, ਦੂਜੇ ਦਾ ਮੁੰਡਾ ਜਿਹੜਾ ਮੇਰੇ ਨਾਲ ਹੁੰਦਾ ਕੰਮ ਕਰਦਾ, ਮੇਰੇ ਨਾਲ ਨਾਲੇ ਰਹਿੰਦਾ ਮੇਰੇ ਸ਼ੁਰੂ ਤੋਂ ਜ਼ਿਆਦਾ ਛੋਟਾ ਹੁੰਦਾ। ਮੇਰੇ ਬੇਟਾ ਤਾਂ ਮੈਂ ਪਿਛਲੇ ਸਾਲ ਦੇ 19 ਦੇ ਸੀਗੇ ਜੀ, 19-20 ਸਾਲ ਦੇ ਹੁਣ ਲੱਗਿਆ। ਅਸੀਂ ਮੰਗ ਕਰਦੇ ਮੇਰੇ ਨਾਲ ਸਾਫ ਸਟਰ ਹੋਵੇ ਅਤੇ ਇਹਨਾਂ ਨੂੰ ਇਹਦੀ ਬਣਦੀ ਸਜ਼ਾ ਜਿਹੜੀ ਹੋਵੇ, ਗਾਹਾਂ ਨੂੰ ਕਿਸੇ ਹੋਰ ਭੈਣ ਭਰਾ ਨੇ ਇੱਦਾਂ ਨਾ ਕੀਤਾ। ਦੇਖੋ ਮੈਂ ਤਾਂ ਹੱਥ ਬੰਨ ਕੇ ਪ੍ਰਸ਼ਾਸਨ ਨੂੰ, ਸਰਕਾਰਾਂ ਨੂੰ, ਮੈਂ ਸਾਰੇ ਭਾਈਚਾਰੇ ਸੋਸ਼ਲ ਮੀਡੀਆ ਨੂੰ ਬੇਨਤੀ ਕਰਦਾ ਵੀ ਇਹ ਬੰਦੇ ਨੂੰ ਉਹਨੂੰ ਪਤਾ ਲੱਗਣਾ ਚਾਹੀਦਾ ਵੀ ਦੇਖੋ ਐਡਾ ਤਾਂ ਕੋਈ ਮਸਲਾ ਹੈ ਹੀ ਨਹੀਂ ਗਾ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਲੁਧਿਆਣਾ ਰੇਂਜ ਦੇ IG ਨੂੰ ਇਸ ਮਾਮਲੇ ਦੀ ਮੁਕੰਮਲ ਜਾਂਚ ਅਤੇ ਕਾਰਵਾਈ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ DGP ਨੇ ਪੰਜਾਬ ਪੁਲਿਸ ਦੇ ਅਜਿਹੇ ਮਾਮਲਿਆਂ ਵਿੱਚ 0 ਟਾਲਰੈਂਸ ਦੀ ਨੀਤੀ ਅਪਣਾਉਣ ਦੀ ਗੱਲ ਕਹੀ ਸੀ, ਪਰ ਪੰਜਾਬ ਦੀ ਜਨਤਾ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਤ੍ਰਸਤ ਹੈ ਅਤੇ ਇਨਸਾਫ਼ ਦੀ ਮੰਗ ਕਰ ਰਹੀ ਹੈ ਅਤੇ ਇਸ ਅਣਮਨੁੱਖੀ ਕਾਰੇ ਲਈ ਕਿ ਪੰਜਾਬ ਪੁਲਿਸ ਦੇ ਇਸ ਅਫਸਰ ਨੂੰ ਉਹ ਡਿਸਮਿਸ ਕਰ ਗ੍ਰਿਫ਼ਤਾਰ ਕਰਾਉਣਗੇ, ਕਿਉਂਕਿ ਇੱਥੇ ਸਿੱਧਾ ਮਨੁੱਖੀ ਹੱਕਾਂ ਦੇ ਘਾਣ ਦਾ ਮਾਮਲਾ ਹੈ। ਸਿੱਖ ਨਿਊਜ਼ ਐਕਸਪ੍ਰੈਸ ਲਈ ਜਗਦੇਵ ਸਿੰਘ, ਫਤਿਹਗੜ੍ਹ ਸਾਹਿਬ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।